ਪੰਜਾਬੀ ਗਾਇਕ ਲਖਵਿੰਦਰ ਵਡਾਲੀ ਵੱਲੋਂ ਆਪਣੇ ਪਿਤਾ ਪਦਮ ਸ਼੍ਰੀ ਪੂਰਨ ਚੰਦ ਵਡਾਲੀ ਦੇ ਨਾਲ ਕ੍ਰਿਕਟ ਦੇ ਭਗਵਾਨ ਆਖੇ ਜਾਂਦੇ ਮਾਸਟਰ ਬਲਾਸਟਰ ਸਚਿਨ ਤੰਦੂਲਕਰ ਦੇ ਨਾਲ ਮੁਲਾਕਾਤ ਕੀਤੀ ਗਈ। ਦਰਅਸਲ ਲਖਵਿੰਦਰ ਵਡਾਲੀ ਆਪਣੇ ਪਿਤਾ ਪੂਰਨ ਚੰਦ ਵਡਾਲੀ ਦੇ ਨਾਲ ਮੁੰਬਈ 'ਚ ਇੱਕ ਸ਼ੋਅ 'ਚ ਪਰਫੋਰਮ ਕਰਨ ਪਹੁੰਚੇ ਸਨ। ਸ਼ੋਅ 'ਚ ਪਰਫੋਰਮ ਕਰਨ ਤੋਂ ਬਾਅਦ ਸਚਿਨ ਤੰਦੂਲਕਰ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ। ਕ੍ਰਿਕਟ ਅਤੇ ਸੰਗੀਤ ਜਗਤ ਦੇ ਇਹਨਾਂ ਦਿੱਗਜਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਨੇ। ਜਿੱਥੇ ਕ੍ਰਿਕਟ ਦੇ ਵਿੱਚ ਵੱਡਾ ਮੁਕਾਮ ਸਚਿਨ ਤੰਦੂਲਕਰ ਦਾ ਹੈ, ਉੱਥੇ ਹੀ ਸੰਗੀਤ ਜਗਤ ਦੇ ਵਿੱਚ ਵਡਾਲੀ ਪਰਿਵਾਰ ਦਾ ਨਾਮ ਵੀ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਸੰਗੀਤ ਦੇ ਵਿੱਚ ਦੇਣ ਦੇ ਚੱਲਦੇ ਹੀ ਜਿੱਥੇ ਪਦਮ ਸ਼੍ਰੀ ਦੇ ਨਾਲ ਪੂਰਨ ਚੰਦ ਵਡਾਲੀ ਹੋਣਾ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ, ਉੱਥੇ ਹੀ ਕ੍ਰਿਕਟ 'ਚ ਯੋਗਦਾਨ ਦੇ ਚੱਲਦੇ ਸਚਿਨ ਤੰਦੂਲਕਰ ਭਾਰਤ ਰਤਨ ਦੇ ਨਾਲ ਸਨਮਾਨਿਤ ਹੋ ਚੁੱਕੇ ਨੇ। ਸੰਗੀਤਕ ਅਤੇ ਕ੍ਰਿਕਟ ਜਗਤ ਦੇ ਇਹਨਾਂ ਦਿੱਗਜਾਂ ਦੀਆਂ ਮੁਲਾਕਾਤਾਂ ਦੀਆਂ ਤਸਵੀਰਾਂ ਵੀਡੀਓ ਦੇਖ ਕੇ ਦੋਵਾਂ ਦੇ ਫੈਨ ਵੀ ਬਾਗੋ ਬਾਗ ਹੁੰਦੇ ਦਿਖਾਈ ਦੇ ਰਹੇ ਨੇ। ਪੰਜਾਬੀ ਗਾਇਕ ਲਖਵਿੰਦਰ ਵਡਾਲੀ ਵੱਲੋਂ ਆਪਣੇ ਪਿਤਾ ਪਦਮ ਸ਼੍ਰੀ ਪੂਰਨ ਚੰਦ ਵਡਾਲੀ ਦੇ ਨਾਲ ਕ੍ਰਿਕਟ ਦੇ ਭਗਵਾਨ ਆਖੇ ਜਾਂਦੇ ਮਾਸਟਰ ਬਲਾਸਟਰ ਸਚਿਨ ਤੰਦੂਲਕਰ ਦੇ ਨਾਲ ਮੁਲਾਕਾਤ ਕੀਤੀ ਗਈ। ਦਰਅਸਲ ਲਖਵਿੰਦਰ ਵਡਾਲੀ ਆਪਣੇ ਪਿਤਾ ਪੂਰਨ ਚੰਦ ਵਡਾਲੀ ਦੇ ਨਾਲ ਮੁੰਬਈ 'ਚ ਇੱਕ ਸ਼ੋਅ 'ਚ ਪਰਫੋਰਮ ਕਰਨ ਪਹੁੰਚੇ ਸਨ। ਸ਼ੋਅ 'ਚ ਪਰਫੋਰਮ ਕਰਨ ਤੋਂ ਬਾਅਦ ਸਚਿਨ ਤੰਦੂਲਕਰ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ। ਕ੍ਰਿਕਟ ਅਤੇ ਸੰਗੀਤ ਜਗਤ ਦੇ ਇਹਨਾਂ ਦਿੱਗਜਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਨੇ। ਜਿੱਥੇ ਕ੍ਰਿਕਟ ਦੇ ਵਿੱਚ ਵੱਡਾ ਮੁਕਾਮ ਸਚਿਨ ਤੰਦੂਲਕਰ ਦਾ ਹੈ, ਉੱਥੇ ਹੀ ਸੰਗੀਤ ਜਗਤ ਦੇ ਵਿੱਚ ਵਡਾਲੀ ਪਰਿਵਾਰ ਦਾ ਨਾਮ ਵੀ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਸੰਗੀਤ ਦੇ ਵਿੱਚ ਦੇਣ ਦੇ ਚੱਲਦੇ ਹੀ ਜਿੱਥੇ ਪਦਮ ਸ਼੍ਰੀ ਦੇ ਨਾਲ ਪੂਰਨ ਚੰਦ ਵਡਾਲੀ ਹੋਣਾ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ, ਉੱਥੇ ਹੀ ਕ੍ਰਿਕਟ 'ਚ ਯੋਗਦਾਨ ਦੇ ਚੱਲਦੇ ਸਚਿਨ ਤੰਦੂਲਕਰ ਭਾਰਤ ਰਤਨ ਦੇ ਨਾਲ ਸਨਮਾਨਿਤ ਹੋ ਚੁੱਕੇ ਨੇ। ਸੰਗੀਤਕ ਅਤੇ ਕ੍ਰਿਕਟ ਜਗਤ ਦੇ ਇਹਨਾਂ ਦਿੱਗਜਾਂ ਦੀਆਂ ਮੁਲਾਕਾਤਾਂ ਦੀਆਂ ਤਸਵੀਰਾਂ ਵੀਡੀਓ ਦੇਖ ਕੇ ਦੋਵਾਂ ਦੇ ਫੈਨ ਵੀ ਬਾਗੋ ਬਾਗ ਹੁੰਦੇ ਦਿਖਾਈ ਦੇ ਰਹੇ ਨੇ।